ਹੋਰ ਸੁਣਾ ਗਈ ਮੰਮੀ ਆਪ ਤੇ ਏਸੀ ਵਾਲੇ ਅੰਦਰ ਲਾ ਕੇ ਬੈਠੀ ਹੈ ਗਰਮੀ ਘੋੜੀ ਘੋੜੀ ਆ ਤੇ ਹੁਣ ਕਹਿੰਦੀ ਵੀ ਜਰਦਾ ਵੀ ਰੋਟੀ ਨਾ ਬਣਾ ਲਓ ਕੋਈ ਨਹੀਂ ਬਣਾ ਲੈਣੀ ਪਹਿਲਾਂ ਸਵੇਰ ਦਾ ਮਕਾਇਆ ਮਹਾ ਪਕੌੜੇ ਕੱਢ ਕੇ ਹਟੀ ਤੇ ਹੁਣ ਆਂਦੀ ਵੀ ਨਾਲ ਮਿੱਠੇ ਚੱਲ ਪਰੌਣਾ ਆਇਆ ਚੱਲ ਪਰੌਣੇ ਕਰਕੇ ਮੈਂ ਬਣਾ ਵੀ ਲਾਂ ਤੇ ਉਹ ਡੱਬਾ ਲੈ ਕੇ ਭੈਣ ਆ ਗਈ ਆ ਵਿਆਹ ਦੱਸਣ ਤੇ ਗਰਮੀ ਕਿੰਨੀ ਆ ਚਲ ਕੋਈ ਨਹੀਂ ਉਹ ਤੁਹਾਨੂੰ ਮਾੜਾ ਮੋਟਾ ਨੂੰ ਕਰਨਾ ਹੀ ਪੈਣਾ ਤੇ ਅਸੂ ਕੱਤੇ ਚ ਕਰ ਲੈਂਦੇ ਜੇ ਕਰਨਾ ਹੀ ਇੰਨੀ ਗਰਮੀ ਦਾ ਵਿਆਹ ਨਾ ਖਾਣ ਦਾ ਨਾ ਪਾਉਣ ਦਾ ਹੱਜ ਇਹਨੂੰ ਤਾਂ ਮੈਂ ਉਦਾਂ ਨਾ ਵੜਨ ਦਵਾਂ ਜਿੱਦਾਂ ਕਰਦੀ ਆ ਬੁੜ ਬੁੜ ਮੈਂ ਤਾਂ ਭਾਜੀ ਦੇ ਮੂੰਹ ਨੂੰ ਵੀ ਚੱਲ ਭਾਜੀ ਭਲਾ ਲੋਕ ਸਾਈਂ ਲੋਕ ਤੇ ਚਲ ਕੋਈ ਨਹੀਂ ਹੌਲੀ ਬੋਲੋ ਕਿਤੇ ਦੀ ਸੁਣਾ ਲਓ ਤੇ ਜਦੋਂ ਆਪ ਗੱਲਾਂ ਕਰਦੀ ਆ ਸੁਣ ਕਾਦੀਆਂ ਰਹਿਣੀਆਂ ਆਪ ਨਹੀਂ ਕਰਦੀ ਹੁਣ ਹੀ ਮੈਂ ਇੱਧਰ ਨੂੰ ਆ ਗਈ ਮੰਮੀ ਨਾਲ ਡਈ ਹੋਣੀ ਗੱਲ ਕਰਨ ਵੀ ਚਲੋ ਉਹਨੇ ਤਾਂ ਹੁਣ ਕਰਨੀ ਆ ਮੈਂ ਇਹਨੇ ਕਰਨੀ ਇਹਦੇ ਨਾਲ ਗੱਲਾਂ ਕਰਨੀ ਸੁਣ ਲਿਆ ਮੈਂ ਚੌਲਾਂ ਦਾ ਪਾਣੀ ਰੱਖਾਂ ਚੱਲ ਪੁੰਮਾ ਤੂੰ ਨਾ ਸਲਾਦ ਕੱਟ ਲਾ ਤੇ ਮੈਂ ਚੌਲ ਧਰ ਲਾਂ ਉਹ ਪੇ ਪੇ ਆ ਜਾ ਕੋਈ ਗੱਲ ਨਹੀਂ ਮੈਂ ਕਰ ਲੈਂਦੀ ਹਾਂ ਜਾ ਅੰਦਰ ਲੈ ਜਾ ਨਾ ਪੁੱਤ ਭਰਜਾਈਆਂ ਤੇਰੀਆਂ ਡਈਆਂ ਵਾ ਰੋਟੀ ਬਣਾਉਣ ਤੇ ਰੋਟੀ ਖਾ ਕੇ ਜਾ ਸਹਿਜ ਭਾ ਨਾ ਬਹੁ ਰਾਤ ਰਿਓ ਤੂੰ ਲੱਲੀ ਚੁੱਪ ਕਰਕੇ ਤੇ ਬਾਕੀ ਤੂੰ ਮੈਨੂੰ ਦੱਸ ਮੈਂ ਤੈਨੂੰ ਪੈਨਸ਼ਨ ਆਪਣੀ ਤੇ ਸਿਰੋਂ ਬਣਾ ਦੂੰਗੀ ਬੀਬੀ ਪੈਨਸ਼ਨ ਤੇ ਤੂੰ ਏਦਾਂ ਕਹਿੰਦੀ ਆ ਜੇ ਤਾਂ ਤੈਨੂੰ ਲੱਖ ਰੁਪਈਆ ਆਉਂਦੀ ਆ ਪੈਨਸ਼ਨਾਂ ਤਾਂ ਸਿਰਫ ਬਿਸਕੁਟ ਹੀ ਬਣਦੇ ਹੁੰਦੇ ਆ ਕੋਈ ਨੀ ਪੁੱਤ ਮੈਂ ਜੋੜੇ ਆ ਥੋੜੇ ਜੇ ਪੈਸੇ ਕਿੰਨੇ ਕੁ ਜੋੜ ਲੈਣਗੇ ਜੋੜ ਲੈ 5 ਲੱਖ ਰੁਪਈਆ ਉੱਥੇ ਅਸਕਰ ਮੇਰੇ ਮੁੰਡੇ ਨੂੰ ਛਾਪ ਛੱਲਾ ਪਾਊਗਾ ਮੈਨੂੰ ਵੀ ਕੁਛ ਦੇਣਗੀਆਂ ਹੱਥ ਭਰੇ ਦਾ ਸੂਟ ਮੈਂ ਵਧੀਆ ਜੇ ਬਣਾਉਂਗੀ 100 ਜਣੇ ਨੂੰ ਮੈਂ ਉੱਥੇ ਆਪਣੇ ਸ਼ਰੀਕੇ ਭਾਈਚਾਰੇ ਨੂੰ ਵਿਖਾਲਣਾ ਵਾ ਕੋਈ ਨੀ ਪੁੱਤ ਲੈ ਕੇ ਆਉਣਗੇ ਬੀਬੀ ਮੇਰੀ ਗੱਲ ਸੁਣ ਜੇ ਮੈਂ ਇੰਨਾ ਕੁ ਨਾ ਬੋਲਾਂ ਤੇ ਤੇਰੀ ਵੀ ਇੱਜ਼ਤ ਨਾ ਕਰਨ ਤੇ ਜੇ ਤੇਰੀ ਨਿੱਕੀ ਨੂੰ ਵਾ ਨਾ ਉਹਦੀ ਵੀ ਨਾ ਇੱਜ਼ਤ ਕਰਨੇ ਇਹ ਤਾਂ ਧੀਏ ਤੇਰੀ ਗੱਲ ਠੀਕ ਆ ਉਤਰਾ ਮੈਨੂੰ ਪੁੱਛ ਕੇ ਤੁਰਦੇ ਆ ਬੀਬੀ ਸਵਾਲ ਇਹਨੂੰ ਪੁੱਛਦੇ ਸਾਰਾ ਕੁਛ ਮੈਨੂੰ ਪਤਾ ਵਾ ਹੁਣ ਜੇ ਲਾਇਆ ਹੁੰਦਾ ਤੁਹਾਨੂੰ ਦੋਵਾਂ ਜਾਣੀਆਂ ਨੂੰ ਆ ਫੋਨ ਕਰਕੇ ਕਹਿੰਦੀ ਹੁੰਦੀ ਵੀ ਆਪਣੇ ਸੂਟ ਲਿਆਉਣੀ ਹੁੰਦੀ ਤੇ ਨਾਲ ਮਾਤਾ ਦੀ ਵੀ ਲਿਆਇਆ ਕਰ ਤੇ ਨਿੱਕੀ ਦੇ ਵੀ ਲਿਆਇਆ ਕਰ ਇਹ ਹੁਣ ਮੈਂ ਸਾਰਾ ਕੁਛ ਤੇ ਸਮਝਾ ਕੇ ਜਾਣਾ ਵਾ ਜੋ ਜੋ ਮੈਂ ਕਹਿ ਕੇ ਜਾਊਂਗੀ ਨਾ ਉਹ ਲੈ ਕੇ ਆਇਓ ਉੱਥੇ ਮੇਰੀ ਹਾਨੀ ਨਾ ਕਰਾਇਓ ਠੀਕ ਵਾ ਚੱਲ ਮੈਂ ਵੀ ਇਹਨਾਂ ਨੂੰ ਆਖੂੰਗੀ ਮੁੰਡਿਆਂ ਨੂੰ ਉਸ ਤਰ੍ਹਾਂ ਤੋਂ ਪੁੱਛਦੇ ਆ ਮੈਨੂੰ ਵੀ ਬੀਬੀ ਕੀ ਕਰਨਾ ਕਿਤਨਾ ਕਰਨੀ ਆ ਤੇ ਧੀਏ ਮੈਂ ਤੇਰੀ ਗੱਲ ਕਰਨੀ ਆ ਬੀਬੀ ਤੂੰ ਤੇ ਹੁਣ ਹੀ ਡਰੀ ਜਾਂਦੀ ਆ ਤੂੰ ਮੁੜ ਕੇ ਤੂੰ ਮੇਰੀ ਕੀ ਗੱਲ ਕਰ ਲੈਣੀ ਆ ਤੂੰ ਮੈਨੂੰ ਜਾ ਲੈਣ ਦੇ ਮੈਨੂੰ ਸਾਰੀ ਗੱਲਬਾਤ ਘਰ ਆਉਣ ਦੇ ਚੱਲ ਜਿਹੜੀ ਕਰਦੀ ਨਾ ਹੌਸਲੇ ਨਾ ਕਰੀ ਕਰਨਾ ਪਈ ਉੱਠ ਕੇ ਚੱਲ ਧੀਏ ਜਰਾ ਹੌਸਲੇ ਨਾਲ ਹਾਂ ਕੋਈ ਗੱਲ ਨਹੀਂ ਖਾਲੀ ਪੈ ਗਈ ਜੀ ਤੂੰ ਨਹੀਂ ਪੈ ਦੂਜੀ ਕਿੱਥੇ ਗਈ ਆ ਰਸੋਈ ਸਿੱਧੀ ਦੀ ਕੰਮ ਕਰਨ ਦੀ ਹਾਂ ਕੀ ਕਰਨ ਦੀ ਆ ਮੈਂ ਸਲਾਦ ਕੱਟਣ ਦੀ ਕਹਿੰਦੀ ਸੀ ਸਲਾਦ ਕੱਟ ਦੇ ਨਾਲ ਹਾਏ ਹਾਏ ਆ ਗੱਡੇ ਗਵਾਲ ਛੱਡਣੀ ਆ ਗੜ ਗੜ ਮੁਸ਼ਕ ਆਉਂਦੀ ਮੂੰਹ ਚ ਕੀ ਗੱਲ ਤੁਹਾਡੇ ਘਰ ਖੀਰੇ ਤੇ ਟਮਾਟਰ ਨਹੀਂ ਹੈਗੇ ਨਹੀਂ ਕਹਿੰਦੀ ਮੈਂ ਖੀਰੇ ਧੋ ਕੇ ਲਿਆਉਣੀ ਆ ਧੋ ਕੇ ਲਿਆਉਣੀ ਇੱਥੇ ਕੀ ਗੱਲ ਤੇਰੇ ਕੋ ਨਹੀਂ ਆਉਂਦੇ ਸਾਰੇ ਉਹਦੇ ਚਰਿੱਤਰਾ ਤੈਨੂੰ ਡਰਾ ਡਰਾ ਰੱਖਿਆ ਵਾ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਵੀ ਨਾ ਡਰ ਡਰ ਕੇ ਰਿਹਾ ਗਾ ਆ ਜਿਹੜੀ ਮਾੜਾ ਮੋਟਾ ਤੈਨੂੰ ਚਲਾਕੀ ਚੁਸਤੀ ਆਈ ਹੈ ਨਾ ਆ ਮੇਰੇ ਕਰਕੇ ਆਈ ਹੈ ਜੇ ਮੈਂ ਇੰਨਾ ਕੁ ਨਾ ਤੈਨੂੰ ਕਹਿ ਕੇ ਜਾਵਾਂ ਤਾਂ ਤੈਨੂੰ ਮਾਸਾ ਪਤਾ ਨਾ ਲੱਗੇ ਤੈਨੂੰ ਥੱਲੇ ਲਾ ਕੇ ਰੱਖੀ ਜੇ ਤੈਨੂੰ ਕੱਪੜੇ ਫੜਾ ਦਿੰਦੀ ਤੇ ਕੱਪੜੇ ਧੋਣ ਬਹਿ ਜਾਂਦੀ ਆ 2 ਗੰਢੇ ਕੱਟਣ ਬਹਿ ਗਈ ਵੀ ਤੂੰ ਆਪਣੀ ਮਰਜ਼ੀ ਵੀ ਥੋੜੀ ਬਹੁਤੀ ਕਰ ਲਿਆ ਕਰਕੇ ਬਸ ਦੀਦੀ ਉਦਾਂ ਦੀ ਕੋਈ ਗੱਲ ਨਹੀਂ ਆ ਤੁਹਾਨੂੰ ਵੈਸੇ ਲੱਗਦਾ ਵਾ ਉਹ ਮੈਨੂੰ ਵੈਸੇ ਨਹੀਂ ਲੱਗਦਾ ਸਾਰਾ ਕੁਝ ਮੈਨੂੰ ਪਤਾ ਵਾ ਸਾਰੀਆਂ ਚਲਾਕੀਆਂ ਉਹਦੇ ਚ ਵਾ ਹੁਣ ਮੇਰੀ ਗੱਲ ਸੁਣ
तेरे दोते दा व्याह वा, सोहने सोहने सूट पा के आने आ, अपनी मर्जी दे लियाई दुकान ते जाके ओना जिदा दा तेनू लिया के दे दूगी ते उस तरह दे पा के आ जी। इन्हें एहो जी गल नहीं, मैं अपनी मर्जी दे बनाऊंगी। आहो किथे आ मैडम हुण ओ? रसोई च जे ओदे खीरे नहीं आए मैडम दे। आ गई हूँ रसोई जी। आ जाओ दीदी। आ गई की गल लगी है जाते? मैं जरदा बनाउण दी। हाय हाय कौन मिठे चौल खांदा यो? हाय भाजी करके धरी मैं हां, भाजी नाल आए की आखणगे, थोड़ा मैं मिठा बना लैने नाल। अते मासा लून वाल भी बना लैंदियां जा। चल रहण दे, नहीं बनाउणे ते आले एहो बनाना ते मासा ठूठी पाला ते दो लौंग पा ली विच। चल ठूठी ते पा लो दीदी, लौंग गर्म नहीं? नहीं किते नहीं, सानू गर्मी चढ़दी। मैं तो गर्मी करके गया, चल मैं ठूठी पुआ पा ली नी। आहो मुड़ के भाई मैनू वो आखी जावे नीरा रंग पा के ते देते मेरे मथे मार। चल कोई गल नहीं कोई गल नहीं, चल मैं ठूठी पा ली नी। केड़ी गल कीती तू? अच्छा मेरी गल सुन। दसो मैं सलाह करन आई ही, सारियां ते मुक्तियां दी हुण तेरे हाथ च आ। अच्छा मेरी मां ते हुण वेले सिर बेल बेली हो गई आ। हुण मुंडे दा व्याह करना वा ते सोहणे सोहणे सूट बना के ल्याउणे आ, ते मेरा हाथ बदे दा सूट माड़ा नहीं होणा चाहीदा। ते अगे दीदी तैनूं कदी माड़े दित्ते कपड़े? तू ये दस रखड़ी दे तेन वधिया दे के तोरिया, अगे तेन कदी माड़े लाए कपड़े? नहीं ते हुण ते डाक्टर रखड़ी बना के गां होया, हुण मैनू केड़े दित्ता ई हजे। चल कोई गां नहीं, विआह च वधिया करावांगे। हुण दस तू विआह च मुंडे दी की बना के लियाई मुंडे लई? मुंडे लई मेरी गल सुन, कड़ा बना के ल्याउणा ई आ, ते हो सके ते पर नाल कैंठा वी बना लिया ई। एक चीज पावांगे, दो काहदियां पांदियां? हाय हाय ते उत्ते टौर नहीं पाउणा मैं अपना, ते चेन पा दांगे। चल तुसीं केड़े माड़े लिसे आ, नहीं ते चेन दा केड़ा रवाज वा, कैंठा बना के ल्याई हां। चल मेरी एक चूड़ी बना ली तो मुंडे का वा, ते मुंडे नूं कैंठा पाउणा तेरा कहदा दीदी बनदा? जलूस कढ़ाउणा ई, चूड़ियां मंगी ते गरंटी वाली चूड़ियां लैन तुर पई आ। गोड़े गोड़े गर्मी है, ठूठी पाली लौंग भी पाली, इन्हू तो मैं लौंगा वाले चौल खवाऊंगी। इन तो मिठे खाने चाहिए है, तो अगे बड़ी लून वाली चूड़ियाँ है, मूँह बहुत एडी सोने दी चूड़ी लैके आ दिनी गरंटी वाली। पता नहीं केड़िया पेटियां खोलन डे पी है, एडी चवल जनानी है गरंटी वाली चूड़ियाँ लैन चल गई है। दस इन हूँ बता आ गई है। मैं बलजीत वेख वधिया सोने नाल वधिया ही हो। ज्योति तू मेरे ना हाँ चंगी नहीं हो गा भी सही, सोने नाल तो वधिया वा। दस सोने नाल वधिया, लोगों को तो पछाण आ जानी आ। नहीं विआह च कितने सोना सांभदी फिरेंगी नाले इन्ना? कोई नहीं मैं सांभ लूंगी, मैनू सांभण दी जाच वा। तू बंदियां को एक चूड़ी मैंने बना के लिया आ, उस तरह मैनू देनिया तो दे दे, हुण रखड़ी बनन ते मैं आई ही। कोई गल नहीं, लै दांगे पैसे। ते तुसीं डब्बा लैंदा भाजी पांदी विआह दी? तां आहो लैंदा इक डब्बा। इक डब्बा? आहो अड़िए लैंदा, तैनूं पता वा भाजी जे किसे नूं विआह दस्सांगे वी विआह मुंडे दा धरिया बलजीत ने, ते इक डब्बे नाल सारे किहदे किहदे हत्थ करवे, उह तां साडे घरे खाधा जाणा। भाजी हुंदी आ ते विआह दी भाजी तैनूं नहीं पता? उदां तैनूं सारा पता लैण देण दा, मेरा आह बनता मेरा फलाने का आह बनता ढमकीड़े का आह बनता। भाजी पहले विआह दी हुंदी है ते विआह दी पहला ही आई दी। चंगा भैणा जे तैनूं इक गल दा पता लग ही गया तां तूं दबाई ही लिया वा मैनूं, चूड़ियां बांधिया मुंडे दी चेन बांधी है भाजी दी मुंदरी बांधी है, ते बांधा ही है सारा को। मैं भैन जी सुन ला गल, पहले रहा दे साडे भी कपड़े बांधे वधिया, ओह भी असीं दुकान ते जाके पड़वाउणे आ। अच्छा हाँ। कपड़े पहले भी आ
ਸੇਲ ਵਾਲੇ ਕੱਪੜਿਆਂ ਦੀ ਉੱਥੋਂ ਲੈ ਦੂੰਗੀ। ਸੇਲ ਵਾਲੇ ਨਹੀਂ ਆਈ ਪਾਉਣੇ? ਕਿਉਂ ਨਹੀਂ ਪਾਉਣੇ? ਉਹਨਾਂ ਨੂੰ ਕੀ ਕਰ ਲਓ, ਚੰਗੇ ਵਾਲੇ ਹੁੰਦੇ ਆ, ਉਦਾਂ ਹੀ ਉਦਾਂ ਰੌਲਾ। ਜੇ ਮੈਂ ਕਹਾਂ ਵੀ ਅੱਜ ਸੇਲ ਵਾਲੇ ਲਿਆਵਾਂ ਤੇ ਫਿਰ ਤੂੰ ਪਾ ਲੇਂਗੀ? ਚੰਗਾ ਭੈਣਾ, ਚੰਗੇ ਲੈ ਦੂੰਗੀ। ਨਹੀਂ ਹੈਗੀ, ਆਪ ਜਾ ਕੇ ਬਣਵਾਉਣੀ। ਜਿੱਦਣ ਬਣਾਉਣੀ ਨਾ ਵਾਰੀ, ਉਦਣ ਸਾਨੂੰ ਫੋਨ ਕਰਦੀ, ਅਸੀਂ ਦੋਵੇਂ ਪਾ। ਅੱਛਾ, ਵਾਰੀ ਦੇ ਨਾਲ ਹੀ ਸੂਟ ਬਣਾਉਣੇ? ਹੋਰ ਸਾਡੇ ਨੀ ਪਾਉਂਦੇ ਮਾਮੀਆਂ? ਨਹੀਂ, ਮੈਂ ਅੱਗੋਂ ਪਿੱਛੋਂ ਲਿਆ ਦੂੰਗੀ। ਹੁਣ ਉੱਥੇ ਜਾ ਕੇ ਉਹ ਮੂੰਹ ਅੱਡ ਅੱਡ ਕੇ ਦਾਦਾ ਜਰ ਵਾਲੇ ਪੜਵਾ ਲੋਗੀਆਂ ਤੇ ਮੈਂ ਇੱਥੇ ਤੂੰ ਇੰਨਾ ਮੂੰਹ ਅੱਡਣ ਨਹੀਂ ਪਿਆ। ਅਸੀਂ ਇੱਕ ਵਾਰ ਇੱਕ ਮੁੰਡੇ ਦੇ ਵਿਆਹ ਸੂਟ ਬਣਵਾ ਲੈਂਦੀ ਆ, ਕਿਉਂਕਿ ਤੂੰ ਉੱਥੇ ਕੀ ਆ? ਉਦਾਂ ਜੋਤੀ ਤੂੰ ਚਲਾਕ ਬੜੀ ਆ ਭਾਜੀ, ਆਪਣੇ ਸਾਹਮਣੇ ਤੂੰ ਭੋਲੀ ਬਣ ਜਾਂਦੀ। ਮੈਂ ਬਹੁਤ ਚੰਗੀ ਆ, ਮੈਂ ਬਹੁਤ ਸੇਵਾ ਕਰਦੀ ਆ। ਮੈਂ ਭਾਜੀ ਨੂੰ ਕਹਿ ਦੂੰ, ਆਪੇ ਭਾਜੀ ਨੇ ਪੜਵਾ ਦੇਣੇ। ਤੂੰ ਤਾਂ ਕੰਜੂਸੀ ਵੱਟਣੀ, ਆਪਣੇ ਘਰ ਨੂੰ ਸਾਰੇ ਸਿਆਣੇ ਹੁੰਦੇ ਆ। ਨਹੀਂ, ਹੁਣ ਇਹਨਾਂ 'ਚ ਚੌਲ ਵੀ ਪਾ ਲਾ ਕਿ ਹੁਣ ਸਾਨੂੰ ਬਣਾਉਣ ਤੋੜ ਦੇਣਾ। ਬਣਾਉਣ ਲੱਗੀ ਆ ਬੇ, ਤੂੰ ਅੰਦਰ ਠੰਡੇ ਥਾਂ ਤੋਂ ਤਾਂ ਤੱਤੀ ਹੋ ਗਈ ਇੱਥੇ ਆ ਕੇ। ਹੁਣ ਜੋ ਜੋ ਮੈਂ ਸੁਨਾਹ ਦਿੱਤਾ ਨਾ, ਉਹ ਮੇਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਤਾਂ ਫਿਰ ਮੇਰੀ ਗੱਲ ਸੁਣ, ਜਿਹੜਾ ਮੇਰੇ ਆਂਢ ਗੁਆਂਢ ਮੇਰੀਆਂ ਚਾਚੀਆਂ ਤਾਈਆਂ, ਇੱਕ ਇੱਕ ਸੂਟ ਉਹਨਾਂ ਦਾ ਹੋਣਾ ਚਾਹੀਦਾ। ਉਹਨਾਂ ਦੇ ਸੂਟ ਵਧੀਆ ਲਿਆਵਾਂਗੇ। ਆਹੋ, ਮੇਰਾ ਵਿਖਾਲਾ ਪਾਉਣਾ ਹੀ ਮੈਂ। ਉਹ ਵਧੀਆ ਹੀ ਲਿਆਵਾਂਗੇ ਤੇ ਪਹਿਲਾਂ ਅਸੀਂ ਬਣਵਾਉਣੇ ਆ। ਚੱਲ ਠੀਕ ਆ ਜੀ। ਹਾਂ, ਜਾ ਏਸੀ ਵਾਲੇ ਅੰਦਰ, ਮੈਂ ਉੱਥੇ ਚੌਲ ਲਿਆਉਣੀ, ਰੋਟੀ ਖਾ। ਦਮ ਦੂੰਗੀ ਤੇਰਾ ਮੱਥਾ। ਖਾਧੀ ਹੋ ਗਈ ਲੈ ਵੀ, ਮੈਂ ਤਾਂ ਸਗੋਂ ਫਸ ਹੀ ਗਈ ਹਾਂ। ਇਹਦੇ ਕੋਲ ਕੀ ਮੰਗਣਾ? ਇਹ ਦੋਨੋਂ ਮੇਰੇ ਕੋਲ ਮੰਗਣ ਡੀ ਸੀ। ਰਘਵੀਰ ਫਿਰ ਸੁਣਾ ਨੀ ਗਏ ਜੇ ਇਹਦੀ? ਤੇ ਠੀਕ ਹੈ ਬੀਬੀ, ਸਾਰੇ ਹੀ ਉਹ ਮਨਪ੍ਰੀਤ ਗਈ ਰੱਖੜੀਆਂ ਲੈ ਕੇ। ਅੱਛਾ, ਉਹਨੂੰ ਲੈ ਗਈ ਨਾਲ? ਆਏ ਸਕੂਲ ਨਹੀਂ ਪਾਇਆ? ਨਹੀਂ ਨਹੀਂ, ਇਹ ਛੋਟਾ ਵਾ। ਛੋਟਾ ਵਾ ਤੇ ਦੋ ਦਿਨ ਹੋ ਗਏ ਗਿਆ, ਸਾਡਾ ਤੇ ਆਪ ਜੀ ਨਹੀਂ ਲੱਗਣ ਦਿਆ। ਇਤਰਾਂ ਨਾ, ਫਿਰ ਜਿੰਨੇ ਜੀ ਹੋਣ ਉਨੀ ਰੌਣਕ। ਹਾਂਜੀ ਹਾਂਜੀ, ਸ਼ਾਇਦ ਅੱਜ ਆ ਹੀ ਜਾਣਾ ਤੇ ਹੈਗੇ ਆਉਣਾ। ਚਲੋ ਆ ਜੂ ਵੀ ਰੱਖੜੀਆਂ ਲੈ ਕੇ ਗਈ। ਕਿੰਨੀ ਕੁ ਦੇਰ ਆ ਰੋਟੀ 'ਚ ਹੋਣਾ? ਚੱਲੀਏ ਫਿਰ ਨਾ, ਤੁਹਾਨੂੰ ਕਾਹਦੀ ਕਾਲੀ ਪਈ ਆ? ਆਉਂ ਮੰਜਾ ਦੇਖਦਾ ਨਾ, ਉੱਥੇ ਜਾ ਕੇ ਲੰਮੇ ਪੈ ਜਾਓ। ਸ਼ਾਮਾਂ ਗਜੀਆਂ ਨੂੰ ਮੈਂ ਜਾਣਾ ਠੰਡੇ ਹੋਏ, ਮੈਂ ਸਿਰ ਸਾੜਦੀ ਨੇ ਨਹੀਂ ਜਾਣਾ। ਨਾਲੇ ਆ ਵੇਖ ਲਓ, ਭਾਬੀ ਨੇ ਮੈਨੂੰ ਚੂੜੀਆਂ ਦਿੱਤੀਆਂ। ਕਾਹਦੀਆਂ? ਕਾਹੇ ਦੀਆਂ ਵੀ ਸਮਝ ਲਓ, ਨਾਲੇ ਮੈਂ ਵਿਆਹ ਦੱਸਣ ਆਈ, ਨਾਲੇ ਮੈਂ ਵੀਰ ਨੂੰ ਰੱਖੜੀ ਬੰਨੀ ਆ। ਨਹੀਂ, ਤੇਰਾ ਦਿਮਾਗ ਨਹੀਂ ਕੰਮ ਕਰਦਾ ਆਪਣਾ? ਜੇ ਉਹਨਾਂ ਫੜਾਈਆਂ ਨੂੰ ਤੂੰ ਫੜ ਲਈਆਂ ਅਤੇ ਫਿਰ ਕੀ ਬਣ, ਫਿਰ ਕੀ ਹੋ ਗਿਆ? ਮੇਰੀਆਂ ਬਣਦੀਆਂ ਵਾ, ਹੱਕ ਬਣਦਾ ਮੇਰਾ। ਐਵੇਂ ਇੰਨਾ ਨੀ ਮੂੰਹ ਵੱਡੀ ਦਾ ਹੋਈਦਾ, ਚੁੱਪ ਕਰਕੇ ਵਾਪਸ ਕਰ ਦੇ। ਹੁਣ ਤਾਂ ਜੋ ਕੋ ਲੈਣਾ ਵਿਆਹ ਤੇ ਲੈ ਆਇਓ, ਰੱਖੜੀ ਬਣੇ ਬੋਦੀ ਗੱਲ ਸੂਟ ਲੈ ਲੈ ਇੱਕ। ਮੇਰੀ ਗੱਲ ਸੁਣੋ, ਮਾਣ ਵੀ ਹੁੰਦਾ ਵਾ ਭਰਜਾਈਆਂ ਦਾ, ਜੇ ਮੈਂ ਫੜਾਤੀਆਂ ਤਾਂ ਮੁੜ ਕੇ ਉਹਨਾਂ ਨੇ ਮੈਨੂੰ ਕੀ ਦੇਣਾ? ਮੁੜ ਕੇ ਉਹਨਾਂ ਨੂੰ ਕੱਖ ਨੀ ਦਿਆ ਕਰਨਾ। ਬੱਲੇ ਤੇਰੇ, ਜੇ ਉਹਨਾਂ ਰੱਖੜੀਆਂ ਨੇ ਤੈਨੂੰ ਤੂੜੀਆਂ ਦੇਤੀਆਂ, ਵਿਆਹ ਤੇ ਨਾ ਲਿਆਉਣਗੀਆਂ। ਚੁੱਪ ਕਰਕੇ ਤੇ ਬਹਿ ਜਾਓ। ਕੁਛ ਨੀ ਯਾਰ ਬਲਜੀਤ, ਮੈਂ ਸਾਹਿਬ ਲਾਇਆ ਤੇਰਾ ਲੰਮੇ ਬਹੁਤ ਜਾ ਕੇ, ਨਜ਼ਰ ਹੀ ਲਾ ਛੱਡੀ ਆ। ਬੀਬੀ ਸੋਹਣੀਆਂ ਚੂੜੀਆਂ ਮਿਲੀਆਂ, ਵਿਖਾ ਸਾਨੂੰ ਭਲਾ। ਭੁੱਖ ਬੜੀ ਲੱਗੀ ਆ। ਆ ਤੁਹਾਡੀ ਭੁੱਖ ਦਾ ਇੰਤਜ਼ਾਮ ਆ, ਫੜੋ ਤੇ ਖਾਓ। ਮੰਮੀ ਦਾ ਜੀ ਕੰਡੇ ਆ ਤਾਂ ਉਹਨਾਂ ਨੇ ਵੀ ਪਾ ਲੀਆਂ ਮੈਂ ਸਾਰਿਆਂ ਲਈ। ਚਲੋ ਲੈ ਕੇ ਆਉਣੀ। ਹਾਂ ਲੈ ਜਾਓ ਤੁਸੀਂ। ਮਿੱਠਾ ਮੁੱਠਾ ਵੇਖਿਆ ਵਾ? ਨਹੀਂ, ਮੈਂ ਕਿਹਾ ਜਿਹੜਾ ਜਿੰਨਾ ਕਹੂਗਾ, ਜਿਹਨੂੰ ਫਿੱਕੀ ਚਾਹੀਦੀ ਹੋਊਗੀ ਉਹ ਏਦਾਂ ਖਾ ਲੂਗਾ, ਜਿੰਨੇ ਕਹੂਗਾ ਮਿੱਠਾ ਚਾਹੀਦਾ ਵਾ ਉਹਦੇ 'ਚ ਖੰਡ ਪਾ ਦਾਂਗੇ ਆਪਾਂ। ਚੱਲ ਠੀਕ ਆ ਜਾ। ਚਲੋ ਆ ਕੀ ਆ, ਕਿਸੇ ਦਾ ਮੂੰਹ ਐਨੂੰ, ਕਿਸੇ ਦਾ ਐਨੂੰ, ਏਦਾਂ ਹੀ ਹੋਣੇ ਜਦੋਂ ਆਖਿਆ ਨੀ ਲੱਗਣਾ ਤੀਆਂ ਪੁੱਤਾਂ ਨੇ, ਜਿੱਦਾਂ ਇੰਜਨ ਨਾਲੋਂ ਡੱਬੇ ਵੱਖਰੇ ਵੱਖਰੇ ਹੋਏ ਹੁੰਦੇ। ਕਰ ਲਾ ਹੁਣ ਇੱਧਰ ਨੂੰ ਮੂੰਹ ਕੇ। ਮੈਂ ਨੀ ਕਰਨਾ, ਮੈਂ ਨੀ ਬੋਲਣਾ ਤੇਰੇ। ਹੋਇਆ ਕੀ ਆ? ਪੁੱਛ ਲਓ ਮੰਮੀ ਨੂੰ ਕੀ ਹੋਇਆ, ਦੱਸ ਦੂ ਮੰਮੀ ਨੇ ਕਿਹੜਾ। ਜਿੱਦਾਂ ਪ੍ਰਿਸਕਾ ਕਰਦੀ ਹੈ, ਇੱਥੇ ਮਾਂ ਦੀਆਂ ਨੀ ਝਾਰਨ ਡਈ ਤੇ ਗਾੜੀ ਸੱਸ ਦੀਆਂ ਸਾਰੂਗੀ। ਗੱਲ ਕੀ ਹੋਈ ਆ? ਗੱਲ ਕੋਈ ਨੀ ਹੋਈ, ਤੂੰ ਸੂਟ ਕੀ ਕਰਨ ਨੂੰ ਪਾ ਲਿਆ? ਮੇਰਾ ਹੀ ਆ ਨਾ ਮੰਮੀ,
ਜਦੋਂ ਮਰਜ਼ੀ ਪਾਵਾਂ ਲਾਵਾਂ ਮੈਂ ਦੱਸ ਤੇ ਉੱਪਰ ਪੜ ਕੇ ਕਿਤੇ ਕੋਈ ਪ੍ਰੋਗਰਾਮ ਆ ਜਾਊ ਕਿਤੇ ਉਦਾਂ ਹੀ ਐਮਰਜੈਂਸੀ ਕੋਈ ਭੋ ਕੋਈ ਵਾਂਡਾ ਆ ਜੇ ਵੀ ਚਲੋ ਸਾਨੂੰ ਅੱਜ ਹੀ ਫੋਨ ਤੇ ਸਵੇਰੇ ਤੁਸੀਂ ਆਇਓ 9 ਵਜੇ ਐਮਰਜੈਂਸੀ ਕੋਈ ਨਾ ਕੋਈ ਪ੍ਰੋਗਰਾਮ ਆ ਹੀ ਜਾਂਦੇ ਆ ਫਿਰ ਤੂੰ ਕੀ ਹਾਲ ਲਾ ਕੇ ਤੇ ਧੋ ਕੇ ਤੇ ਫੇਰ ਪਾ ਕੇ ਜਾਵੇਂਗੀ ਉਦੋਂ ਮੈਂ ਨਵਾਂ ਸਵਾ ਲੈਣਾ ਲੈ ਦੇ ਰਾਤੋਂ ਰਾਤ ਸਵਾ ਲੈਣਾ ਨਵਾਂ ਤੁਸੀਂ ਨਾ ਲੈ ਕੇ ਦੋਗੇ ਮੈਂ ਚਾਚੇ ਉਹਨਾਂ ਨੂੰ ਕਹਿ ਦੇਣਾ ਚਾਚੇ ਨੇ ਲੈ ਦੇਣਾ ਮੈਨੂੰ ਨਵਾਂ ਤੂੰ ਮਨ ਸਵੇਰੇ ਕਿਤੇ ਜਾਣਾ 10-11 ਵਜੇ ਤੇ ਕੋਈ ਨਹੀਂ ਮੈਨੂੰ ਚਾਚੀ ਨੇ ਸੀ ਦਿੰਦੀ ਹੁੰਦੀ ਰਾਤੋਂ ਰਾਤ ਸੂਟ ਪਰ ਇਹ ਨਹੀਂ ਕੁੜੀ ਪਾਰੇ ਆਉਂਦੇ ਇੰਨੇ ਨਹੀਂ ਪਾਰੇ ਆਉਣ ਦੇਣਾ ਜੋ ਮਰਜ਼ੀ ਕਰ ਲਓ ਚਲ ਮੰਮੀ ਕਰ ਲੈਂਦੋ ਇੱਥੇ ਰੀਝਾਂ ਕਰਨੀਆਂ ਅਗਲਾ ਘਰ ਕੀ ਪਤਾ ਕਿੱਦਾਂ ਦਾ ਮਿਲਣਾ ਕਿੱਦਾਂ ਦਾ ਨਹੀਂ ਮਿਲਣਾ ਇਹ ਗੱਲ ਤੇਰੀ ਸਹੀ ਹੈ ਮਰਜ਼ੀ ਸਾਹਮਣੇ ਜੇ ਮੈਂ ਪਜਾਮੀ ਪਾਉਣ ਲੱਗਾ ਮੰਮੀ ਉਹ ਢੱਕ ਲੈਂਦੀ ਅੱਗੇ ਜਾ ਕੇ ਪਾਵੀ ਜੇ ਮੈਂ ਕਹਦਾ ਮੈਂ ਪਲਾਜੋ ਪਾਉਣੇ ਗਾੜੀ ਜਾ ਕੇ ਪਾਵੀ ਦੱਸ ਗਾੜ ਲੈ ਜੇ ਕਹਿਣਗੇ ਤੇ ਪਿੱਛੇ ਪਾ ਕੇ ਆਈ ਤੇ ਫਿਰ ਇਹੋ ਕੋਈ ਹੁੰਦਾ ਵਾ ਆਹੋ ਮੰਮੀ ਨਾਲ ਵੀ ਇਹੋ ਕੋ ਹੋਇਆ ਅੱਗੇ ਮੇਰੇ ਨਾਲ ਵੀ ਇਹੋ ਕੋ ਤੇ ਅੱਗੇ ਤੇਰੇ ਨਾਲ ਵੀ ਇਹੋ ਕੋ ਮੰਮੀ ਉਹੀ ਬਦਲੇ ਮੇਰੇ ਕੋ ਲੈਣ ਦਈ ਇਹ ਦੱਸ ਹੋਰ ਜੇ ਮਾਪਿਆਂ ਦੀ ਧੀਆਂ ਪੁੱਤ ਮੰਨ ਲੈਣ ਨਾ ਨਾ ਮਾਪੇ ਔਖੇ ਹੁੰਦੇ ਨਾ ਧੀਆਂ ਪੁੱਤ ਨਹੀਂ ਉਹ ਦਿਨ ਮਾਮਾ ਜੀ ਕੀ ਕਹਿਣ ਦੇ ਸੀਗੇ ਕਹਿੰਦੇ ਵਿਆਹ ਵਾਲੇ ਦਿਨ ਇਹਦੇ ਮਾਰ ਗੱਡੀ ਖੜੀ ਤੇ ਇਹਨੇ ਉਹ ਸੂਟ ਪਾਇਆ ਇਦਾਂ ਬੰਦ ਜਿਹਾ ਜਿਹੜਾ ਹੁੰਦਾ ਵਾ ਇੱਥੇ ਤੱਕ ਤੇ ਕਹਿੰਦੇ ਇਹਦੇ ਕੋਲ ਬੈਠਾ ਨਾ ਜਾਵੇ ਮੰਮੀ ਕਹਿੰਦੇ ਕਹਿੰਦੇ ਮੈਂ ਚੁੱਕ ਕੇ ਗੱਡੀ ਚ ਮਾਰੀ ਪਿਆ ਲੈ ਫੜ ਮਾਮੇ ਨੇ ਵੀ ਗਲੋਂ ਲਾਈ ਹੁਣੀ ਜਾ ਕਹਿੰਦੇ ਮੈਂ ਉਦੋਂ ਰਵਾਜ ਉਦਾਂ ਦਾ ਨਹੀਂ ਵੇਖਣਾ ਤੂੰ ਗੱਡੀ ਚਲਾ ਗਈ ਆਪਣੇ ਮੇਰੇ ਸਾਰੇ ਪਾਲੇ ਸਾਨੂੰ ਪਾਉਣ ਨਹੀਂ ਦਿੰਦੀ ਮੈਂ ਵੀ ਹੁਣ ਉਦਾਂ ਦਾ ਹੀ ਸੂਟ ਸੀਣਾ ਹੁਣ ਜਿੱਦ ਨਹੀਂ ਕਿਹਾ ਸੀ ਭਈ ਬੰਦ ਚੁੱਕਾਂ ਵਾਲਾ ਸਵਾਣਾ ਮੰਮੀ ਕਹਿੰਦੀ ਲੈ ਉਹ ਕੀ ਲੱਗਦਾ ਵਾ ਸਾਰੇ ਪਾਸੇ ਘੁੱਟੇ ਘੁੱਟੇ ਦੇ ਮੈਂ ਵੀ ਮੰਮੀ ਹੁਣ ਉਹੀ ਸੂਟ ਸਵਾਣਾ ਹੈ ਦੱਸ ਦੇ ਇਹਨੂੰ ਹੋਰ ਸਿਆਪਾ ਚੱਲ ਨਹੀਂ ਪੈਣਾ ਨਾ ਸਕੂਟਰੀ ਤੇ ਬੈਠਾ ਜਾਣਾ ਨਾ ਕਹੇ ਤੇ ਨਾ ਕਿ ਉਹਨੂੰ ਪਾ ਕੇ ਕਰਨਾ ਹੀ ਤੇ ਮੰਮੀ ਦੇ ਭਰਾ ਨੇ ਚੁੱਕ ਕੇ ਬਿਠਾਦਾ ਤੇ ਮੇਰੇ ਭਰਾ ਵੀ ਮੈਨੂੰ ਚੁੱਕ ਕੇ ਸਕੂਟੀ ਤੇ ਬਿਠਾ ਦੇਣਗੇ ਤੇਰੇ ਭਰਾ ਨੇ ਚੁੱਕ ਕੇ ਤੇ ਨਹਿਰੇ ਪਾਵੇਂ ਤੈਨੂੰ ਸੋਟੇ ਹੋਣ ਆ ਸੋਨੂ ਦੇ ਵਿਆਹ ਦੀ ਵਰੀ ਵਰੀ ਬਣਨੀ ਆ ਨਾ ਉਹ ਜਿੱਦਾਂ ਦੇ ਬਣਾਉਣੇ ਉਹ ਬਣਾ ਲਿਆਇਓ ਆ ਗਾਲੀ ਛੱਡੋ ਤੂੰ ਤਾਂ ਵੀ ਮੰਮੀ ਨੇ ਹੀ ਕਹਿਣਾ ਨੀਵਾ ਕਮੀਜ਼ ਰੱਖ ਲਈ ਸਲਵਾਰ ਸੂਟ ਸੀ ਨਹੀਂ ਉਹ ਕਰ ਵਰੀ ਬਣ ਨੂੰ ਗੋਡੇ ਆ ਕਿਤੇ ਵਰੀ ਗਾਉਣ ਲੈਣੇ ਮੰਮੀ ਬਣਾਉਣ ਚੱਲ ਜਾਣ ਭਾਏ ਅੱਜ ਬਣਾ ਲਈ ਉਹ ਗੱਲ ਕਰਦੇ ਭਾਵੇਂ ਸਵੇਰੇ ਬਣਾ ਲਓ ਭਾਵੇਂ ਪਰਸੋਂ ਬਣਾਉਣ ਜਾਵਾਂਗੇ ਪਾਉਂਦੇ ਨੇ ਮੰਮੀ ਮੰਮੀ ਗਾਉਣ ਨਹੀਂ ਪਾਉਂਦੇ ਨੇ ਆ ਫਿਰ ਕੀ ਪੈਲਸ ਵਿੱਚ ਗਾਉਣ ਹੁਣ ਨਾ ਪਤਾ ਲੱਗੇ ਨਵੀਂ ਵਿਆਹੀ ਕਿਹੜੀ ਨਾ ਪਤਾ ਲੱਗੇ ਕੁੜੀ ਕਿਹੜੀ ਹੈ ਤੇ ਤੂੰ ਕਿਹੜੀ ਐਡਾ ਗਾਉਣ ਸਾਰ ਗਿਆ ਇੱਕੋ ਜੇ ਪਾ ਲੈਣੇ ਵਿੰਦਰ ਵਿਆਹਾਂ ਸ਼ਾਦੀਆਂ ਦੇ ਵਿੱਚ ਇਦਾਂ ਹੀ ਕੁੜੀਆਂ ਪਾਉਂਦੀਆਂ ਹੁੰਦੀਆਂ ਵਾ ਤੇ ਆਪੋ ਆਪਣੀਆਂ ਪਛਾਣ ਹੀ ਲੈਣੀਆਂ ਵਾ ਕਿਹੜੀਆਂ ਵਾ ਗਰਮੀ ਬਹੁਤ ਜ਼ਿਆਦੀ ਆ ਹੁਣ ਗਾਉਣ ਗਾਣ ਨਹੀਂ ਕੇ ਲੈਣੇ ਸੂਟ ਕਾਟਨ ਦੇ ਲੈ ਦਾਂਗੇ ਜਿਹੜੀ ਸੋਨ ਦੀ ਬੋਟੀ ਵਾਸਤੇ ਜਿਹੜੀ ਚੀਜ਼ ਲੈਣੀ ਉਹ ਲੈਣੀਆਂ ਨਹੀਂ ਤੈਨੂੰ ਵੀ ਲੈ ਦਾਂਗੇ ਗਾਉਣੀ ਤੂੰ ਕਿਉਂ ਤਰਸਦੀ ਆਹ ਵੇਲੋ ਡੈਡੀ ਮੰਮੀ ਕਿੰਨੇ ਚੰਗੇ ਆ ਇਹਨੂੰ ਵੀ ਲੈ ਦਾਂਗੇ ਬਲਜੀਤ ਆਕੂਗੀ ਨਾ ਓਦਾਂ ਹੋਣੀ ਚਾਚੀ ਨੇ ਮੰਨ ਹੀ ਜਾਣਾ ਵਾ ਮੰਨ ਜੂ ਕਿਤੇ ਬੈਠੀ ਉਹ ਵੀ ਕਿਤੇ ਆਉਣ ਦਾ ਅੱਜ ਟਾਈਮ ਨੂੰ ਕੀ ਕਹਿਣ ਦੇ ਹੁੰਦੇ ਆ ਉਹਨਾਂ ਦਾ ਟਾਈਮ ਹੀ ਨਹੀਂ ਹੈਗਾ ਵੀ ਅਸੀਂ ਆ ਜਾਈਏ ਘਰ ਨੂੰ ਸੋਨੂ ਦੇ ਵਿਆਹ ਜਿੱਦਣ ਵਿਆਹਣ ਜਾਣਾ ਵਾ ਉਦੋਂ ਬਿੰਦੀ ਵੀ ਲਾਉਣੀ ਤੂੰ ਲਾ ਲੂੰਗੀ ਕਿ ਬਿੰਦੀ ਹੋਰ ਮੈਨੂੰ ਵੜਦੀ ਆ ਮੈਂ ਵੀ ਬਿੰਦੀ ਲਾ ਲੂੰਗੀ ਕਿ ਫੇਰ ਕੀ ਆ ਤੇ ਫਿਰ ਗੌਣ ਵੀ ਲਾ ਲੇ ਤੇ ਭਾਬੀ ਨਾਲ ਨਾ ਮੇਰੀ ਭਾਬੀ ਵੀ ਲਾਵੇ ਕਿ ਭਾਬੀ ਨੇ ਹੁਣ ਵੀ ਲਾਈ ਆ ਤੂੰ ਘੱਟ ਕਰਨੀ ਉਦੋਂ ਨੂੰ ਕੁਵਾਰੀਆਂ ਨੇ ਬਥੇਰੀ ਲਾ ਲੈਣੀ ਵਾਧੂ ਸਭ ਕੋ ਪਤਾ ਨਹੀਂ ਰੱਖਣਾ ਵਿਆਹੀ ਕਿਹੜੀ ਕੁਵਾਰੀ ਕਿਹੜੀ ਲਿਆਉਣੀਆਂ ਮੈਂ ਬਲੈਕ ਬਲੈਕ ਭਾਬੀ ਦੀ ਬਿੰਦੀਆਂ ਨੇ ਮਿਲਦੀ ਨਹੀਂ ਕਿੰਨੀ ਆ ਜਿੱਦ ਤੂੰ ਲਈ ਇਹ ਤੂੰ ਹੋਰ ਛੋਟੀ ਜਿਹੀ ਉਹ ਬਿਲਕੁਲ ਛੋਟੀ ਜਿਹੀ ਹੈ ਨਾ ਬੜੀ ਸੋਹਣੀ ਲੱਗਦੀ ਮਿੰਦੀ ਇਹ ਨਹੀਂ ਸਮਝ ਲੱਗਦੀ ਮਨਪ੍ਰੀਤ ਉਹ ਲੱਗ ਕਿੱਦਾਂ ਜਾਂਦੀ ਮਾਸਾ ਕਿ ਜਿੰਨੀ ਹੈ ਤੇ ਨੌ ਚ ਵੜ ਜਾਂਦੀ ਹੈ ਨਹੀਂ ਇਦਾਂ ਨਾ ਪਰ ਬਹੁਤ ਸੋਹਣੀ ਲੱਗਦੀ ਰਹਿਣ ਦੀ ਪੈਸੇ ਨਾ ਖਰਾਬ ਕਰਿਓ ਫਿਰ ਨਹੀਂ ਲੱਗਦੀ ਤੇ ਨਹੀਂ ਨਹੀਂ ਲੱਗ ਜਾਂਦੀ ਉਦਾਂ ਤੇ ਜੋ ਜੀ ਕਰੂ ਕਰ ਲਿਓ ਮਹਾਰਾਜ ਦੇਣ ਲਿਆਵੇ ਸੁੱਖ ਸੁੱਖਾਂ ਦਾ ਮੈਂ ਕਿੰਨੀ ਵਾਰ ਪੁੱਛ ਲਿਆ ਵੀ ਉਹ ਚਾਚੀ ਤੇਰੀ ਆਈ ਨੇ ਨੂੰ ਫੋਨ ਫਾਨ ਨਹੀਂ ਲਾਇਆ ਆਈ ਗਏ ਦਿਨ ਆਈ ਗਏ ਦਿਨ ਕਦੋਂ ਲਿਆਉਣੇ ਆ ਦਿਨ ਤੇ ਆ ਗਏ ਆ ਕੱਲ ਜਵਾਨ ਬੈਠਾ ਦਿਆ ਇਹ ਗੱਲਾਂ ਕਰਨ ਕੌਣ ਸੋਨੂੰ ਅੱਛਾ ਆਹ ਦੱਸਿਆ ਹੀ ਦੱਸਿਆ ਤੈਨੂੰ ਪਤਾ ਲੱਗਾ ਵਾ ਨਹੀਂ ਮੈਨੂੰ ਕਦੋਂ ਪਤਾ ਇਹ ਬੜੇ ਲਾਗੇ ਬੈਠਾ ਇੱਥੇ ਮੈਂ ਉਧਰੋਂ ਤੁਰਿਆ ਆਉਣ ਡਿਆ ਅੱਛਾ ਇਹ ਗੱਲਾਂ ਕਰਨਾ ਮੈਂ ਪਤਾ ਨਹੀਂ ਕਿਹਨੂੰ ਫੋਨ ਲਾ ਕੇ ਬੈਠਾ ਅੱਛਾ ਫਿਰ ਮੈਂ ਆਪਣੇ ਮਨ 'ਚ ਸੋਚਿਆ ਵੀ ਜੇ ਕਿਸੇ ਯਾਰ ਦੋਸਤ ਦਾ ਹੁੰਦਾ ਇਹਨੇ ਪੱਖੇ ਥੱਲੇ ਬੈਠੇ ਨੇ ਲਾ ਲੈਣਾ ਕਿ ਰੁੱਖ ਥੱਲੇ ਬਹਿੰਦਾ ਇਹ ਮੈਂ ਹਾਂ ਕਿਤੇ ਉਧਰ ਹੀ ਕਿਤੇ ਤਾਰਾਂ ਜੋੜ ਕੇ ਬੈਠਾ ਜਿੱਥੇ ਨਵਾਂ ਰਿਸ਼ਤੇਦਾਰੀ ਬਣੀ ਹੱਡੀ ਚੱਲ ਅਸ਼ਾ ਹੁਣ ਰਵਾਜ ਹੀ ਆ ਕੋਈ ਗੱਲ ਨਹੀਂ ਤੇ ਦਵਿੰਦਰ ਰਵਾਜ ਵਾ ਤਾਂ ਬਾਹਰ ਗਰਮੀ 'ਚ ਹੀ ਲਾਉਣਾ ਵਾ ਜਾ ਕੇ ਚੱਲ ਅਸ਼ਾ ਕੋਈ ਗੱਲ ਨਹੀਂ ਨਿਆਣੇ ਤੇ ਘਰੇ ਲਾ ਰਹੀਦਾ ਨਿਆਣੇ ਇਦਾਂ ਹੀ ਕਰਦੇ ਅੱਜ ਵੀ ਅੰਦਰ ਨਹੀਂ ਨਿਕਲਿਆ ਹੈ ਅੰਦਰੋਂ ਹੀ ਨਹੀਂ ਨਿਕਲਿਆ ਉਹ ਫਿਰ ਕੱਲ ਡੈਡੀ ਕਹਿੰਦਾ ਨਾ ਬਾਹਰ ਨਾ ਗੱਲ ਕਰਿਆ ਕਰ ਅੱਜ ਨਹੀਂ ਅੰਦਰ ਕਰਦੀ ਹੋਣੀ ਆ ਮੈਨੂੰ ਨਾ ਮੈਨੂੰ ਇਸ ਗੱਲ ਦਾ ਵਾ ਵੀ ਕੱਚੀਆਂ ਕੁਵਾਰੀਆਂ ਕੰਮਾਂ 'ਚ ਜਿੱਦਾਂ ਫੋਨ ਫਾਨ ਲਾਈਏ ਤੇ ਫਿੱਕ ਨਿਕਲਦੀ ਆ ਬੜੀ ਕਈ ਵਾਰੀ ਵੇਖਿਆ ਨਹੀਂ ਕਈ ਕੁੜੀ ਮੁੰਡਾ ਗੱਲਾਂ ਕਰਦੇ ਕਰਦੇ ਮੁੜ ਕੇ ਰਿਸ਼ਤੇ ਟੁੱਟ ਜਾਂਦੇ ਆ ਹੁਣ ਤੇ ਸਾਡਾ ਦਿਹਾੜੀ ਡੰਗਦਾ ਰਹਿ ਗਿਆ ਕੰਮ ਥੋੜੇ ਦਿਨਾਂ ਦਾ ਹੁਣ ਨਹੀਂ ਕੋਈ ਡਰ ਵਾਲੀ ਗੱਲ ਜਦੋਂ ਸਾਲਾਂ ਸਾਲਾਂ ਬੰਦੀ ਰਿਸ਼ਤੇ ਨਾ ਕਰੀਏ ਵਿਆਹ ਨਾ ਕਰੀਏ ਉਦੋਂ ਇਹ ਗੱਲਾਂ ਹੁੰਦੀਆਂ ਲੰਮੀਆਂ ਚੌੜੀਆਂ ਚੱਲ ਸਾਡਾ ਤੇ ਫਰਜ਼ ਬਣਦਾ ਹੀ ਆ ਨਾ ਧੀਆਂ ਪੁੱਤਾਂ ਨੂੰ ਸਮਝਾਉਣ ਦਾ ਨਹੀਂ ਕੋਈ ਨਹੀਂ ਹੁਣ ਫੋਨਾਂ
ਚਲੋ ਕੋਈ ਨੀ ਮੈਂ ਫੜਾ ਦਿੰਦੀ ਹਾਂ ਮੈਂ ਪਹਿਲਾਂ ਦੁੱਧ ਗਰਮ ਕਰਕੇ ਕਰੀ ਪਿਆਦਾ ਨੂੰ ਮੈਂ ਖੜਾ ਲਿਆਉਂਦੀ ਹਾਂ ਕੋਈ ਨੀ ਦੁੱਧ ਦੀ ਕਿਹੜੀ ਏਡੀ ਇਹਨੂੰ ਭੁੱਖ ਲੱਗੀ ਆ ਨਹੀਂ ਤੁਹਾਡੀ ਘੜੀ ਲੱਗ ਜਾਣੀ ਨਾ ਉੱਥੇ ਮੈਂ ਦੁੱਧ ਪਿਆ ਕੇ ਤੇ ਫਿਰ ਮੈਂ ਤੈਨੂੰ ਫੜਾ ਦਿੰਦੀ ਹਾਂ ਚੰਗਾ ਇੱਕ ਵਾਰੀ ਪਿਆਰਾ ਸਿਰ ਤੇ ਉਹ ਉਸ ਟਾਈਮ ਲਾ ਵੀ ਆਉਗੀ ਕੋਈ ਗੱਲ ਨਹੀਂ ਜਾ ਤੇ ਛੇਤੀ ਮੁੜੀ ਚਲ ਠੀਕ ਲੈ ਕੇ ਇਹਨੂੰ ਇੱਥੇ ਹੀ ਲਾ ਦੋ ਮੇਰੇ ਗੋਡੇ ਭੱਜ ਜਾਣੇ ਆ ਆ ਹੀ ਗਏ ਹੋ ਸੁੱਖ ਤੇਰੇ ਚਾਚੇ ਹੁਣੀ ਆ ਗਏ ਹਾਂ ਬੈਠੇ ਆ ਜਾ ਸਤਿ ਸ਼੍ਰੀ ਅਕਾਲ ਬੈਠੀ ਆ ਇੱਥੇ ਆ ਜਾ ਬਲਜੀਤ ਭਾਬੀ ਨੂੰ ਮੇਰਾ ਭਾਬੀ ਜੀ ਆਵਾਜ਼ ਬਾਅਦ ਚ ਮਾਰੀ ਪਾਣੀ ਪਿਆਲ ਪੈਣਾ ਸੀ ਹੋਰ ਸੁਣਾ ਪਰਿਵਾਰ ਠੀਕ ਠਾਕ ਆ ਭੈਣ ਭਾਬੀ ਹੁਣੀ ਉੱਥੇ ਸਭ ਭੈਣ ਜੀ ਠੀਕ ਠਾਕ ਅੱਛਾ ਮਨ ਨਾ ਅੱਜ ਬਾਗੋ ਬਾਗ ਹੋ ਗਿਆ ਪੇਕਿਆਂ ਦੇ ਘਰ ਜਾ ਕੇ ਉਹ ਤਾਂ ਫਿਰ ਹੈ ਹੀ ਆ ਜਦੋਂ ਜਾਈਏ ਤੈਨੂੰ ਪਤਾ ਹੀ ਆ ਕਿੰਨੀ ਸੇਵਾ ਕਰਦੇ ਆ ਉਹ ਮੇਰੀ ਬਹੁਤ ਜ਼ਿਆਦਾ ਉਹਨਾਂ ਨੇ ਤੇ ਇੰਨਾ ਚਾਅ ਕੀਤਾ ਆਪਣੇ ਭਾਜੀ ਦਾ ਹੀ ਬੜਾ ਚਾਅ ਕੀਤਾ ਤੇ ਕਿੱਥੇ ਗਿਆ ਤੂੰ ਜਾਂਦਾ ਤਾਂ ਰਹਿਣਾ ਵਾ ਕਿੱਥੇ ਜਾਂਦਾ ਰਹਿਣਾ ਵਾ ਹਾਂ ਘੜੀ ਬਲ ਜਿਹੜਾ 7 ਜਾਂ 8 ਮਹੀਨੇ ਹੋ ਗਏ ਗਿਆ ਨੂੰ ਅੱਛਾ ਉਹਦੇ ਭਾਈ ਆ ਭਾਈ ਇੱਕ ਦੋ ਵਾਰ ਗਏ ਤੇ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਾਚੀ ਬੈਜਾ ਸੁਖ ਕਿਦਾਂ ਠੀਕ ਠਾਕ ਹੀ ਸਾਰੇ ਵਧੀਆ ਠੀਕ ਠਾਕ ਭੈਣ ਜੀ ਕਿਤੇ ਜਲ ਜੀ ਰੇ ਪਤਾ ਨਹੀਂ ਕੀ ਕੋ ਉਥੇ ਤੇ ਪਤਾ ਹੀ ਨਾ ਲੱਗੇ ਤੇ ਠੰਡੇ ਕਿਤੇ ਉਹ ਜਿਹੜੀ ਕਾਫੀ ਦੋ ਦੋ ਚੀਜ਼ਾਂ ਬਣਾਉਣ ਮੈਂ ਨਾ ਇੰਨਾ ਕੋ ਨਾ ਖਰਚਾ ਕਰੋ ਪਤਾ ਕਿੱਥੇ ਆਖੇ ਲੱਗਦੀਆਂ ਵਾ ਭਰਜਾਈਆਂ ਚਾਹ ਹੀ ਬੜਾ ਕਰਦੀਆਂ ਤੇ ਚਾਚੀ ਮੈਨੂੰ ਜਾਂਦਿਆਂ ਕਹਿੰਦੀ ਵੀ ਸੀ ਤਿਆਰ ਹੋ ਪਾ ਮੈਂ ਗਲਤੀ ਕਰ ਬੈਠੀ ਮੰਮੀ ਗਈ ਨੀ ਨਾ ਤੂੰ ਚੱਲ ਜਾਣਾ ਨਾਲ ਤੇ ਬੜੇ ਨਜ਼ਾਰੇ ਚਾਚੀ ਤੇ ਮੈਨੂੰ ਆਖਣ ਡਈ ਜਾਂਦਿਆਂ ਜਾਂਦਿਆਂ ਵਿਚਾਰੀ ਕਹਿੰਦੀ ਰਹੀ ਐਵੇਂ ਨਹੀਂ ਮੰਮੀ ਤੂੰ ਮੈਂ ਗਈ ਚੱਲ ਪੁੱਤ ਕੋਈ ਨਹੀਂ ਮੇਰੀ ਗੱਲ ਦਾ ਗੁੱਸਾ ਨਾ ਕਰੀ ਜਿਹੜਾ ਤੁਸੀਂ ਘੱਟ ਖਾਦਾ ਇਹਨੇ ਪਲੇਟਾਂ ਚੱਟ ਆਉਣੀਆਂ ਹੀ ਸਾਰੀਆਂ ਤੇ ਹੋਰ ਉਹਨਾਂ ਨੇ ਕਿਤੇ ਪਕੌੜੇ ਕੱਢੇ ਤਿੰਨਾਂ ਚੋਹਾਂ ਤਰ੍ਹਾਂ ਦੇ ਇੱਕ ਪਨੀਰ ਵਾਲੇ ਆਲੂਆਂ ਵਾਲੇ ਵੱਖਰੇ ਤੇ ਮਿਕਸ ਵੱਖਰੇ ਲੈ ਹੁਣ ਮੂੰਹ ਚ ਪਾਣੀ ਆਉਣ ਡਿਆ ਹੀ ਸੁੱਖ ਦੇ ਵੇਖ ਲੈ ਹੈ ਚਲ ਹੁਣ ਚੱਲ ਜੰਨੇ ਆ ਨਹੀਂ ਚਾਚਾ ਜੀ ਹੁਣ ਨਹੀਂ ਨਾ ਜਾਣਾ ਹੁਣ ਠੰਡੇ ਹੋ ਗਏ ਆ ਨਹੀਂ ਠੰਡੇ ਹੋ ਗਏ ਤਾਂ ਕੋਈ ਗੱਲ ਨਹੀਂ ਚਲ ਮੁੜ ਕੇ ਜਾਾਂਗੇ ਫੇਰ ਲੈ ਜੀ ਨਾਲ ਹੁਣ ਭੈਣ ਜੀ ਮੈਂ ਵਿਆਹ ਵਿਊ ਸਾਰਾ ਕੁਝ ਦੱਸ ਆਈ ਆ ਆਹੋ ਹੁਣ ਮੈਂ ਹਾਂ ਉਹਨਾਂ ਨੇ ਕਹਿੰਦੇ ਵੀ ਬਸ ਤੂੰ ਘਰ ਪਹੁੰਚਣ ਦੀ ਦੇਰ ਆ ਜਿੱਦਣ ਵਿਆਹ ਰੱਖ ਲੈਂਗੇ ਅਸੀਂ 2-4 ਦਿਨ ਪਹਿਲਾਂ ਆਣ ਕੇ ਤੈਨੂੰ ਲੀੜਾ ਕੱਪੜਾ ਦੇ ਜਾਾਂਗੇ ਅੱਛਾ ਤੇ ਵਧੀਆ ਲੀੜਾ ਕੱਪੜਾ ਬਣਾਵਾਂਗੇ ਕਹਿੰਦੇ ਹੱਥ ਭਰੇ ਦਾ 7-8 ਹਜ਼ਾਰ ਦਾ ਸੂਟ ਬਣਾਉਣਾ ਭੈਣ ਜੀ ਚਾਚੀ ਜੀ ਮੇਰਾ ਵੀ ਸੂਟ ਦਾ ਕਹਿ ਦੇਣਾ ਸੀ ਲੈਸ਼ ਦਾ ਨੇ ਤੇਰਾ ਤਾਂ ਪਹਿਲਾਂ ਮਾਰਤਾ ਕਿਤੇ ਤੂੰ ਤੇ ਅਹੇ ਮੰਮੀ ਨੂੰ ਹੌਲੀ ਵੇਖਦੇ ਹਾਂ ਤੁਸੀਂ ਮੈਨੂੰ ਮੈਂ ਤੇ ਵੇਖਣ ਦੀ ਸੱਚੀ ਸੋਨੇ ਦੀਆਂ ਵਾ ਅਹੇ ਸੋਨੇ ਦੀਆਂ ਮੈਂ ਤਾਂ ਝੂਠ ਬੋਲਣਾ ਵਾ ਦੱਸ ਕਿੱਡਾ ਸੋਹਣਾ ਲੱਗਣ ਡਿਆ ਆਹੋ ਮੈਨੂੰ ਨਾ ਪਤਾ ਲੱਗਣ ਡਿਆ ਜਿੱਦਾਂ ਦੂਜੀਆਂ ਹੁੰਦੀਆਂ ਇਦਾਂ ਲੱਗਣ ਡਿਆ ਵਾ ਜਿੱਦਾਂ ਉਹ ਮੰਮੀ ਉਦਾਂ ਹੀ ਲੱਗਦੀ ਹੈ ਭਾਂਜੀ ਇਦਾਂ ਵੀ ਕੁਛ ਅੱਜ ਨਾ ਤੈਨੂੰ ਐਨਕਾਂ ਦੀ ਲੋੜ ਵਾ ਹਾਂ ਤੈਨੂੰ ਤੇ ਤੂੰ ਤੇ ਸੱਚੀ ਚੱਟ ਮਿੰਟੋ ਮਿੰਟੀ ਮੇਰਾ ਮਨ ਖੱਟਾ ਕਰਕੇ ਦੱਸ ਦਿੱਤਾ ਇੰਨੀਆਂ ਮਹਿੰਗੀਆਂ ਕਿੰਨਾ ਮਹਿੰਗਾ ਸੋਨਾ ਵਾ ਤੇ ਸੋਨਾ ਤੇ ਚੱਲ ਮਹਿੰਗਾ ਵਾ ਹੁਣ ਸੋਨੂ ਦੇ ਵਿਆਹ ਨੂੰ ਸੋਨੂ ਨੂੰ ਪਾਉਣਾ ਹੈ ਕਿ ਤੈਨੂੰ ਪਾ ਦੇਣੀਆਂ ਚੂੜੀਆਂ ਤੇ ਮੈਨੂੰ ਉਹਨਾਂ ਰੱਖੜੀ ਦੀਆਂ ਪਾਤੀਆਂ ਪਹਿਲੀਆਂ ਮਾਂ ਚੱਲ ਤਾਂ ਵੀ ਚੰਗਾ ਆ ਗਿਆ ਤੇਰੀ ਸੁਣੀ ਗਈ ਭੈਣਾ ਸੋ ਕੋਈ ਚੰਗਾ ਵਾ ਮੈਂ ਸਗੋਂ ਐਵੇਂ ਨਾ ਗਈ ਮੇਰੇ ਤਾਏ ਦਾ ਮੁੰਡਾ ਇਦਾਂ ਹੋ ਗਿਆ ਤਾਂ ਕਰਕੇ ਚੱਲ ਮੈਂ ਨਾ ਕਹਿੰਦੀ ਤੇ ਮੈਂ ਵੀ ਕਿੰਨਾ ਕੁਛ ਲਿਆਉਣਾ ਹੀਗਾ ਉੱਥੋਂ ਜਾ ਕੇ ਉਹਦਾ ਭੈਣ ਜੀ ਤੂੰ ਵੀ ਹੱਦ ਹੀ ਕਰਦੀ ਆ ਮਿੰਟੋ ਮਿੰਟ ਤੂੰ ਝੂਠੀਆਂ ਚੂੜੀਆਂ ਦੱਸ ਨਹੀਂ ਮੇਰਾ ਤਾਂ ਨੌਂ ਨਹੀਂ ਹੈਗਾ ਤੂੰ ਆ ਤਾਂ ਮੇਰਾ ਨੌਂ ਮਾਰਤਾ ਕਿੱਥੇ ਤੇਰੇ ਤੇ ਵੱਜਾ ਵਾ ਭੈਣ ਜੀ ਤੈਨੂੰ ਨਹੀਂ ਪਤਾ ਲੱਗਿਆ ਪਤਾ ਕਿੰਨੀ ਪੀੜ ਹੋਈ ਆ ਕੁੜ ਗਿਆ ਆ ਲਿਆ ਕੁੜੀ ਨੂੰ ਦੁੱਧ ਪਿਆਲਣ ਡਈ ਆ ਕਿ ਉਹਨੂੰ ਸਵਾਲਣ ਹੀ ਲੱਗ ਪਈ ਆ ਤੂੰ ਮੈਂ ਜਾਵਾਂ ਉਹਦੇ ਵੱਲ ਭੈਣ ਜੀ ਵੱਲ ਕਿੱਥੇ ਦੱਸਾਂ ਮੈਂ ਚੱਲੀ ਹੀਗੀ ਮੈਂ ਕਿਹਾ ਵੀਰੋ ਨੂੰ ਨਾ ਵਿਆਹ ਵੱਲੋਂ ਦੱਸਾਂ ਵਾ ਹਜੇ ਇਦਾਂ ਸੋਹਣੇ ਲੱਗਦੇ ਜੇ ਜਾਂਦੇ ਤੂੰ ਕਿੱਦਾਂ ਜਾਣਾ ਵਾ ਅਗਲੀ ਤੇ ਭਾਜੀ ਤੱਕ ਨਹੀਂ ਲਿਆਈ ਜਾਂ ਤਾਂ ਖਾਲੀ ਅਗਲੇ ਦੇ ਦੋਹਤੇ ਦਾ ਵਿਆਹ ਸੀ ਨਾ ਜਦੋਂ ਵੀਰੋ ਤਾਈ ਦੇ ਤੇ ਗੋਂਦੇ ਦੇ ਲੱਡੂ ਲੈ ਕੇ ਆਈ ਸੀ ਕਸਮ ਗਿਆ ਕਿ ਹੁਣ ਤੁਸੀਂ ਖਾਲੀ ਹੱਥ ਚੰਗੇ ਲੱਗਦੇ ਜੇ ਜਾਂਦੇ ਉਹ ਤੇ ਆਈ ਸੀ ਅਜੇ ਉੱਤੇ ਡੱਬਾ ਤੇ ਦੇ ਹੀ ਗਈ ਆ ਦੇ ਜੂਗੀ ਲੱਡੂ ਵੀ ਮਿਸਟ ਦਾ ਆਈਡੀ ਲਿਆਈ ਤੇ ਡੱਬਾ ਝੁੰਗੇ ਚੱਕ ਲਿਆਈ ਕੋਈ ਨਹੀਂ ਮੈਂ ਉਹਨੂੰ ਆਖੂਗੀ ਵੀ ਤੂੰ ਲੱਡੂ ਬਣਾ ਕੇ ਤੇ ਦੇ ਜੀ ਤੋ ਤੇ ਅਜੇ ਤੁਹਾਨੂੰ ਉਤਰਾ ਦੱਸਣ ਆਈ ਤੇ ਨਾਲੇ ਉਹ ਰੱਖੜੀ ਲੈ ਕੇ ਆਈ ਤੇ ਮੰਮੀ ਇਹ ਤਾਂ ਬੰਦਾ ਕਿ ਨਹੀਂ ਇਹਦਾ ਮੈਨੂੰ ਹੁਣ ਕਹਿੰਦੀ ਵੀ ਮੁੰਡੇ ਦਾ ਕੈਂਠਾ ਚਲੋ ਮੁੰਡੇ ਨੂੰ ਤਾਂ ਕੈਂਠਾ ਪਾ ਦਾਂਗੇ ਹੈ ਤੇ ਮੇਰੀ ਵੀ ਚੂੜੀਆਂ ਦੱਸੇ ਦੀਆਂ ਕਾਹਦੀਆਂ ਪਾਉਂਦੀਆਂ ਚੱਲ ਧੀਏ ਹੁੰਦਾ ਹੀ ਆ ਉੱਥੇ ਉਹਨੇ ਆਪਣੇ ਟੱਬਰ ਵਿਆਹ ਚ ਥੋੜਾ ਪਾਇਆ ਜੇ ਤੁਸੀਂ ਪਾਇਆ ਤਾਂ ਹੈਗਾ ਸੀ ਚਲੋ ਉਹ ਟਾਈਮ ਉਦੋਂ ਲੰਘ ਗਿਆ ਤੇ ਤੁਹਾਡਾ ਹੀ ਬਣਨਾ ਵਾ ਉੱਥੇ ਰੋਬ ਪਾਇਆ ਆਪ ਵੇਖ ਲੈ ਪਹਿਲੇ ਵਿਆਹ ਦੇ ਕੱਪੜੇ ਹੁੰਦੇ ਤੇ ਮੈਨੂੰ ਆਂਦੀ ਆ ਜਿਓ ਸੀਰ ਚ ਕੱਪੜੇ ਲੈ ਲਿਓ ਸੋਹਣੇ ਲੱਗਦੇ ਟੌਰ ਤਾਂ ਫਿਰ ਇਹਦਾ ਤਾਂ ਬਹੁਤ ਟੌਰ ਬਣਨਾ ਤੇ ਉੱਥੇ ਇਹ ਨਹੀਂ ਕਹਿਣਾ ਵੀ ਭਾਬੀਆਂ ਨੇ ਸੇਲ ਦੇ ਲੀੜੇ ਪਾਏ ਆ
अपना तो टावर पूरा बना दी मैंने वधिया लीड़े लियायो चल कोई नी बना दूंगी मैं उन्हूं आखूंगी न्याणी सियाणी अजे नहीं उन्हूं पता लगदा बाकी सारा उन्हूं पता लैण दा चल कोई मम्मी ओदी गल कर दे ते इदां खाली ना जायो जुलूस ना कढ़ियो अगलियां ने कहना ले विआह दसण आ गए ते खाली आ गए ओए मैं तां मैनूं ते चा बड़ा मैं ते चा ना चली मर्जी करो गाड़ी अपनी चंगा फिर मैं नहीं जांदी जे तुसीं इस तरह करनी आ मेरे नाल इतना चंगे लगदे खाली आ जांदे डब्बा ते इक लियाई ओह ते घरे खादा गया चल फिर जे मैं कुड़ी लैके आऊ लड्डू फिर मैं उदो ही जाऊ हुण मैं नहीं जांदी उदो दस किते घर आऊगी तो उहनां गल कर दूंगी भैन जी गुस्सा मैनूं उहदा तेरे ते बड़ा वा क्यों आ वेला सोना मेरा मां प्यो ने किते इन्ना पैसा खर्च छड़िया भरजाई ने तू गल करके गवा छड़ी आ नहीं भैणा हुण मैनूं की पता है मैं इदां दीआं सच्चीआं पाई फिरदीआं इदां दीआं झूठीआं पाई फिरदीआं मैं आखां खरे मैनूं मजाक करदी सच्ची पाईआं चल चंगा वा सन्यारे दी दुकान ते चल जा ना फिर पता लगदा घरों निकलेंगी ते फिर ही पता लगूगा ना उत्थे मार उहनां ने वखो वख बणाए इक ओह चिट्टा जिहा हुंदा वा सन्यारा की कहिंदा सी पलटीना 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 ओ सोने दा नाम आ चिट्टे रंग दा सोना हार चूड़ियां सोना बनाउणा ही ओ चंगा पलटीना ते मोटरसाइकल हुंदा की होया वा मोटरसाइकल ही हुंदा वा आदी हो गई तेरे वाली भैन जी ओ हुंदा वा सोना चिट्टे रंग दा हुंदा वा प्लैटिनम हुंदा वा आहो ओही ओहो नाम हुंदा पलटीना हां जी चूड़िया डब्बी का टोर ही जो मैं कडिया ना चूड़िया कि जगमग जगमग कर बत्तियां जग गई के डब्बी मेरी ओथे रह गई मेरे को ल्यांदी नहीं गई बहुत सोहना होया वा पिछा सहिंदा हो पेके तगड़े होने चीजा पाउंदे हुंदे कोई नी चंगा होया सगो मैं आप कहन डई आ मैं भी जांदी मैं भी कुछ ना कुछ लियांदी मेरा केड़ा उन्होंने घट चा करना सीगा हुण गल्लां चलन डईआं सूटां दीआं लड़ दिंदे न्याणे भाभी दे भी सूट बड़े सोहने आए चाची अच्छा जो बलजीत आखू ही ओदा होना वा हुण कोई नी बैठ के करदे आ सलाह कोई गल नी पैसा ते लै लैण ते सारे जने नाल तुर पांगे जिन्ने जिने गौन सारे जने ने नी नाल जाना मैं सुख ने अपने सियाने सियाने वाले कपड़े ना खरीद लेवांगे जेड़े नोगे ना गे ओह लेवांगे असकर पहले मुंडे दा व्याह करना उन्होंने भी जिन्ना ने आना ओह हुण वट्टो सट्टे ही हुंदे आ हुण नोगियां दा कोई रह नहीं गया काम उन्ने लैणे पैंदे उन्ने मैं अपनियां भरजाईयां नूं भी ते फिर वधिया वधिया सूट बणा के दऊंगी ओदन ही बणा लेवांगे इक्को दिन ही सारे ओदन ही फिर अगली ना नाराज हो जाए ओहनां नूं चारी कर दांगे भरजाईयां नूं उत्थे आ जाणगीआं ना ना भैण जी मैं आपे बणा लैणे आ ਉਹ ਤੇ ਵਿਚਾਰੀਆਂ ਕਹਿੰਦੇ ਭੈਣ ਜੀ ਤੁਸੀਂ ਨਾ ਮੈਨੂੰ ਕੁਛ ਨਾ ਦਿਓ ਪਰ ਫਿਰ ਵੀ ਮੈਨੂੰ ਰੀਝ ਵਾ ਰੀਝ ਵਾ ਦੇਣੇ ਪੈਂਦੇ ਹਾਂ ਬਣਾ ਕੇ ਦੇ ਚੱਲ ਕੋਈ ਨਹੀਂ ਚਲੋ ਚਾਹ ਪਾਣੀ ਪੀਓ ਹੁਣ ਤੁਸੀਂ ਕਿ ਹਾਂ ਇਹਨਾਂ ਨੂੰ ਕਹਿੰਨੀ ਫਿਰ ਬਣਾ ਦਿਓ ਹੈ ਆਹੋ ਹੁਣ ਮੈਂ ਤੇ ਥੱਕ ਗਈ ਹਾਂ ਇੱਥੇ ਨਹੀਂ ਬਣਾਉਂਦੀ ਚਾਹ ਸੁੱਖ ਬਣਾਉਂਦੀ ਆ ਆ ਜਾ ਉਧਰ ਹੀ ਸਾਡੇ ਵਾਲੇ ਪਾਸੇ ਹਾਂ ਚਲੋ ਮੈਂ ਚੱਲਣ ਦੀ ਤਿਆਰੀ ਫਿਰ ਚੱਲ ਵਧੀਆ ਕਿ ਮੈਂ ਤਾਂ ਭਰਾਵਾ ਕਿ ਗਾਣਾ ਸੋਚਿਆ ਸੀ ਕਿਹੜਾ ਸੁਣਿਆ ਹੀ ਹੋਣਾ ਤੂੰ ਚੁੰਨੀਆਂ ਨੂੰ ਉਹ ਗੋਟੇ ਲਗਵਾਉਂਦੀ ਹੋਣੀ ਐ ਤਲੀਆਂ ਨੂੰ ਮਹਿੰਦੀ ਨਾ ਉਹ ਸਜਾਉਂਦੀ ਹੋਣੀ ਐ
मेरी चढ़के जन जानी यार ने खोलिया प्यार दा बूहा गल सुन ला दर्जिया ए मैनू कुड़ता सी दे सूहा वाह भाई वाह खोले बात कर बड़े पुत गीत गाने यार की तुसी मेरी जान खादी आ मेरे तो तुसी गल करनी हराम कीती आ मैं बार करा ताया आ जांदा हुण तो तुसी पता नहीं कित्थों टपकाए कल दे आए नहीं मैं कि तुहानूं गल दसां मंजियों भौं नेड़े ही आ गीत मैं भी बड़े गाउंदा रहा हां मंजियों भौं दा ते पता नहीं तुसी ते मेरी मंजी भौं हड़ी पड़ हुण वेखदा ना किद्दां सुणाउंदी किस लोक गाड़ियों तुसी मेरा गाना ते पूरा होला देना सी करा देने पूरे कोई नहीं चिंता ना कर अजे ते मैं गाड़ियों वाह वाह सुनी ही वाह वाह सुनाया कर दियां जो थाली चुमचे आए वगाटे आप कल दे गए जे रखड़ी कल दे गए रखड़ी बनन गए ही कि जां उन्होंने तुहानूं बन लिया ही ओह ते अज वी नहीं आउण दिंदे रह पणा ही के आ रह पणा ही घर जवाई बणाउण फिरदे आ तूं होर को चन चाड़िया हुंदा सी आण के मैं कहदा चन चाड़ना भरावा मैं थोड़े कल्ले ने टाइम पास करना ही की करना फिर आ टाइम पास करना उधर ताई ताया बैठे आ भैण वा भरावा उधर जाके बैह उहनां लागे ਭਰਜਾਈ ਉਹਦੇ ਨਾਲ ਗੱਲਾਂ ਬਾਤਾਂ ਕਰ ਉਹਨਾਂ ਨਾਲ ਸਵਾਦ ਜਿਹਾ ਨਹੀਂ ਆਉਂਦਾ ਗੱਲਾਂ ਕਰਨ ਦਾ ਆਹੋ ਹੁਣ ਤੁਹਾਡੇ ਨਾਲ ਸਵਾਦ ਵੈਸੇ ਨਹੀਂ ਆਉਣਾ ਤੈਨੂੰ ਉਹਨਾਂ ਨੇ ਗੱਲਾਂ ਕਰਦੇ ਵੱਡੇ ਹੋਏ ਆ ਤੇ ਨਾਲੇ ਮੈਂ ਕਿਹੜਾ ਕਿਸੇ ਬਗਾਨੇ ਨੂੰ ਡਿਆ ਆਪਣੇ ਨੂੰ ਡਿਆ ਵਾ ਉਹ ਤਾਂ ਚੰਗੇ ਨਹੀਂ ਲੱਗੀਦਾ ਕੱਲ੍ਹ ਨੂੰ ਕੋਈ ਗੱਲਬਾਤ ਨਿਕਲਾ ਉਹਨੂੰ ਫਿਰ ਫਿੱਕ ਪੈ ਜਾਂਦੀ ਹੈ ਨਹੀਂ ਨਿਕਲਦੀ ਆਪਾਂ ਕਿਹੜੀ ਕੋਈ ਮਾੜੀ ਗੱਲ ਕਰਨੀ ਉਹਨੇ ਭਾਵੇਂ ਤੂੰ ਆਪਣੇ ਨੂੰ ਚੰਗੀਆਂ ਕਰਦਾ ਵਾ ਪਰ ਜਿੱਦਾਂ ਦੀਆਂ ਗੱਲਾਂ ਤੂੰ ਹੁਣ ਕਰਦਾ ਨਾ ਜੇ ਵਿਆਹ ਤੋਂ ਬਾਅਦ ਉੱਦਾਂ ਦੀਆਂ ਗੱਲਾਂ ਨਾ ਹੋਈਆਂ ਫਿਰ ਉਹ ਹੀ ਮਿਹਣੇ ਮਾਰੂਗੀ ਨਹੀਂ ਨਹੀਂ ਮੈਂ ਐਡੀਆਂ ਕੋਈ ਖੁੱਲ੍ਹ ਕੇ ਕੀਤੀਆਂ ਵੀ ਨਹੀਂ ਹੈ ਮਿਹਣੇ ਵਾਲੀਆਂ ਆਪਾਂ ਸਿਰਫ ਹਾਲ ਚਾਲ ਤੱਕ ਹੀ ਗੱਲ ਰੱਖੀ ਹੈ ਹਾਲ ਚਾਲ ਤਾਂ ਇਹਦੇ ਨਾਲ ਤਾਂ ਰੱਖ ਲਈ ਹੈ ਔਰ ਇਹ ਧੁੱਪੇ ਸੜ ਚੱਲੀ ਉਹਨਾਂ ਨੇ ਵੇਖ ਲੈਣਾ ਸੀ ਬਾਹਰ ਉਹ ਯਾਰ ਚਾਰ ਦਿਨ ਮੇਰੇ ਹੈਗੇ ਆ ਮੈਨੂੰ ਨਜ਼ਾਰੇ ਲੈ ਲੈਂਦੋ ਕਾਹਦੇ ਲਈ ਮੇਰੇ ਰੰਗ 'ਚ ਭੰਗ ਪਾਉਣ ਡੇ ਤੁਸੀਂ ਦੋਵੇਂ ਭਰਾ ਬੱਲੇ ਉਹ ਤੇਰੇ ਉਹ ਤੁਹਾਡੀ ਉਮਰ ਆ ਪੁੱਠੇ ਪੁੱਠੇ ਪਾਓ ਆਹੋ ਅਸੀਂ ਹੱਡ ਗੋਡਾ ਤੜਾ ਲਏ ਕੋਈ ਸਿੰਘ ਸਿੰਘ ਮਾਰਦੇ ਸਾਨੂੰ ਉਹਦੇ ਆਪ ਤੁਸੀਂ ਸਹੁਰੇ ਤੁਰੇ ਫਿਰਦੇ ਜੇ ਨਜ਼ਾਰੇ ਲੈਣ ਡੇ ਪਕੌੜੇ ਸਕੌੜੇ ਖਾਂਦੇ ਫਿਰਦੇ ਜੇ ਤੇ ਸਹੁਰੇ ਵੀ ਤੇਰੇ ਹੀ ਕੰਮ ਗਏ ਹਾਂ ਤੇ ਮੈਂ ਗੱਲ ਕਰ ਲਈ ਹੈ ਤੇ ਮੈਨੂੰ ਕਿੱਦਾਂ ਪੈਣ ਡਈ ਤੇ ਤੇਰਾ ਹੀ ਫਾਇਦਾ ਕਰਕੇ ਆਏ ਆ ਉੱਥੇ ਵੀ ਮੇਰਾ ਕੀ ਘਰ ਹੈ ਮੇਰਾ ਕਿਹੜਾ ਬੀਮਾ ਕਰਾਤਾ ਉਸਨੇ ਬੀਮਾ ਨਹੀਂ ਬੀਮੇ ਵਾਲਾ ਕੰਮ ਹੀ ਆ ਜੇ 2-2.5 ਲੱਖ ਦਾ ਕੈਂਠਾ ਪਾਇਆ ਕਰਨਾ ਜੋ ਇਦਾਂ ਦਾ ਕਰਨਾ ਘਰ ਘੁਮਾ ਕੇ ਗਿਆ ਆ ਬੜਾ ਵਧੀਆ ਲੱਗਦਾ ਵਾਹ ਕੈਂਠਾ ਮੈਨੂੰ ਲੱਗਦਾ ਉਹਨਾਂ ਨੇ 2 ਰੁਪਈਆਂ ਦੀ ਟੱਲੀ ਨਹੀਂ ਪਾਉਣੀ ਮੇਰੇ ਗੱਲ 'ਚ ਤੁਸੀਂ ਕੈਂਠਾ ਲੱਭਣ ਡਏ ਨਹੀਂ ਮਾਂ ਤੇਰੀ ਮਨਾ ਕੇ ਆਈ ਉਹਨਾਂ ਨੂੰ ਮਾਂ ਤੇ ਬੜਾ ਕੁਝ ਮਨਾ ਲੈਂਦੀ ਆ ਪਤਾ ਤੇ ਮੌਕੇ ਤੇ ਲੱਗਦਾ ਹੁੰਦਾ ਉਹਨਾਂ ਦਾ ਨਹੀਂ ਮਾਮੀ ਤੇਰੀ ਕਹਿੰਦੀ ਚੈਨ ਬਣਾਉਣੀ ਆ ਤੇ ਮਾਂ ਤੇਰੀ ਕਹਿੰਦੀ ਨੇ ਚੈਨ ਨਹੀਂ ਕੈਂਠਾ ਚਾਹੀਦਾ ਸਾਨੂੰ ਚੈਨ ਕਿਹੜੀ ਜਿਹੜੀ ਗੱਲ 'ਚ ਪਾ ਕੇ ਕਿੱਲੇ ਨਾ ਬੰਨੀ ਦਾ ਪਤਾ ਨਹੀਂ ਕਿਹੜੀ ਪਾਉਂਦੇ ਹੀ ਹੋਣਾ ਤੇ ਸਾਨੂੰ ਮੌਕਾ ਹੀ ਦੱਸੂ ਮੈਨੂੰ ਤੇ ਉਹਨਾਂ ਤੇ ਕੋਈ ਯਕੀਨ ਨਹੀਂ ਉਹ ਸੰਗਲ ਹੀ ਨਾ ਚੁੱਕ ਲਿਆਉਣ ਕਿਤੇ ਹੁਣ ਗੱਲਾਂ ਬਾਤਾਂ ਕਰਦਾ ਨਾ ਕੋਈ ਚਾਹ ਚੂ ਬਣਾ ਕੇ ਪਹਿਲੇ ਗਾ ਮੈਨੂੰ ਘੁੱਟ ਬਸ ਆ ਵੀ ਠੀਕ ਆ ਕੱਲ੍ਹ ਦਾ ਮੈਂ ਆਪੇ ਬਣਾ ਬਣਾ ਪੀਣ ਡਿਆ ਵਾਂ ਹੁਣ ਤੇ ਪਿਆ ਦਿਓ ਮੰਮੀ ਕਿੱਥੇ ਆ ਬਾਹਰ ਲੱਗੀ ਤੇਰੀ ਤਾਈ ਨਾਲ ਗੱਲ ਨਹੀਂ ਚਲੋ ਉੱਥੇ ਨਹੀਂ ਹੋਈਆਂ ਕੋਈ ਕੋਲ ਬੰਨੀ ਜਾਂਦੀ ਪੇਕਿਆਂ ਦੇ ਉੱਥੇ ਹੋਰ ਕੀ ਹੋਣਾ ਮਾਜੇ ਤੇ ਸ਼ੁਕਰ ਕਰੋ ਤਾਈ ਨਹੀਂ ਗਈ ਤੇ ਕੋਈ ਨਹੀਂ ਤਾਈ ਵੀ ਗਈ ਨਾ ਇੱਕ ਦੇ ਦਿਨ ਚ ਬਹਾਨਾ ਬੁਨਾ ਲਾ ਗਏ ਕੋਈ ਨਾ ਕੋਈ ਅਜੇ ਤੇ ਇੱਕ ਪੁਲ ਬੰਨਣ ਦੀ ਆ ਜੇ ਤਾਈ ਚੱਲ ਜਾਂਦੀ ਤੇ ਇੱਥੇ ਸਰੀਆ ਸੀਮਟ ਮੁੱਕ ਜਾਣਾ ਸੀ ਫਿਰ ਦੋਵਾਂ ਦਾ ਪੁਲ ਬਣਾਉਣ ਵਾਲਾ ਚੱਲ ਵੇਖ ਲਿਆ ਕੁਛ ਚਾਹ ਪਿਆਲ ਮਨਪ੍ਰੀਤ ਨੂੰ ਕਹਾਂ ਜਾ ਕੇ ਪਾਣੀ ਪੀਣਾ ਕਿ ਚਾਹ ਨਹੀਂ ਪਾਣੀ ਮਨਪ੍ਰੀਤ ਨੇ ਪਿਆਲਤਾ ਵਾ ਤੇ ਮੈਂ ਹੁਣ ਇਹ ਜੁੱਟ ਪੀਆਂ ਗੱਲਾਂ ਇਹਨਾਂ ਦੀਆਂ ਮੁੱਕਣੀਆਂ ਨਹੀਂ ਚੱਲ ਮੈਂ ਨਾ ਜਾ ਕੇ ਅੰਦਰ ਸੋਨੂੰ ਨੂੰ ਕਹਿਣਾ ਚੱਲ ਬਣਾਉਣੀ ਪੈਣੀ ਆ ਜਿੰਨੇ ਆਣ ਕੇ ਬਣਾਉਣੀ ਆ ਉਹਦੇ ਨਾਲ ਤੇ ਤੁਸੀਂ ਗੱਲਾਂ ਕਰਨ ਨਹੀਂ ਦਿੰਦੇ ਮੈਨੂੰ ਚੱਲ ਕੋਈ ਨਹੀਂ ਆਹ ਹਾ।